ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਪਹਿਲਾਂ ਤਾਂ ਇਹ ਐਡੀ ਵੱਡੀ ਟ੍ਰੈਜਡੀ ਔਰ ਦਿਲ ਕੰਬਾਊ ਜੋ ਬੀਤੀ ਹੈ ਕੱਲ, ਇਹ ਤੁਸੀਂ ਨਹੀਂ ਬਹੁਤ ਸਾਰੇ ਹੋਰ ਵੀ ਕਮਿਊਨਿਟੀ ਦੇ ਲੋਕ, ਨਾਟ ਓਨਲੀ ਦ ਸਿੱਖਸ, ਇਨਫੈਕਟ community at large has called me, talked to me. ਇਹ ਇੱਕ ਜੋ ਟ੍ਰੈਜਡੀ ਹੋਈ ਉਹ ਮੈਂ ਸਾਰਿਆਂ ਨਾਲੋਂ ਪਹਿਲਾਂ ਤਾਂ ਉਸ ਨਿੱਜਰ ਪਰਿਵਾਰ ਦੇ ਨਾਲ, ਜਿਹੜੇ ਬੱਚੇ ਛੋਟੇ ਛੋਟੇ ਉਹਨਾਂ ਦੇ ਨਾਲ ਮੈਂ ਖੜ੍ਹਾ ਔਰ ਤੁਹਾਡੇ ਨਾਲ ਵੀ ਖੜ੍ਹਾ। ਤੁਰਕੀਰਤ ਕਹਿ ਕੇ ਗਏ ਸੀ ਵੀ ਜੇ ਅਸੀਂ ਆਪਣੇ ਰਿਲੀਜੀਅਸ ਇੰਸਟੀਟਿਊਸ਼ਨ ਦੇ ਵਿੱਚ, ਚਾਹੇ ਸਾਡਾ ਕੋਈ ਵੀ ਫੇਥ ਹੋਵੇ, ਜੇ ਅੱਜ ਅਸੀਂ ਸੇਫ ਮਹਿਸੂਸ ਨਹੀਂ ਕਰਦੇ, ਇਹ ਇੱਕ ਬਹੁਤ ਜਿਹੜਾ ਹੈ, ਇੱਕ ਵੱਡਾ ਜਿਹੜਾ ਹੈ ਉਹ ਡਰਾਬੈਕ ਹੈ। ਔਰ ਮੈਂ ਤੁਹਾਨੂੰ ਨਾਲ ਵਚਨਬੱਧ ਹਾਂ ਕਿ ਇਹ ਜਿਹੜੀ ਲੜਾਈ ਹੈ, ਸੋ ਐਵਰੀ ਕਨੇਡੀਅਨ ਇਰਸਪੈਕਟਿਵ ਵਟ ਦੇ ਰਿਲੀਜੀਅਸ ਬੈਕਗਰਾਊਂਡ ਇਜ਼, they should be able to face the safety, they should be able to feel safe in their religious places. ਇਹ ਮੈਂ ਤੁਹਾਨੂੰ ਜਿਹੜਾ ਹੈ ਗੁਰਕੀਰਤ ਉਹਨਾਂ ਨੇ ਕਿਹਾ ਹੈਗਾ ਬੇਟੇ ਨੇ, ਅਤੇ ਇਹ ਇੱਥੇ ਮੈਂ ਤੁਹਾਡੇ ਨਾਲ ਉੱਥੇ ਖੜ੍ਹਾ। ਬਹੁਤ ਸਾਰੇ ਤੁਹਾਨੂੰ ਬੱਚੇ ਨੇ, ਕਾਫੀ ਲੰਬੇ ਸਮੇਂ ਤੋਂ ਮੈਂ ਪੋਲੀਟੀਕਲ ਜੀਵਨ ਦੇ ਵਿੱਚ ਆਇਆ, ਮੈਂ ਥੋੜ੍ਹੀ ਜਿਹੀ ਬੈਕਗਰਾਊਂਡ ਜ਼ਰੂਰ ਦੱਸਣੀ ਚਾਹੁੰਦਾ ਕਿਉਂਕਿ ਇੱਕ ਭਾਈ ਸਾਹਿਬ ਵਿੱਚੋਂ ਬੋਲ ਰਹੇ ਸੀ ਵੀ ਇਹ ਇੱਥੇ ਬੈਠਾ, ਠੀਕ ਆ ਕੋਈ ਗੱਲ ਨਹੀਂ, ਮੈਂ ਕਦੇ ਮਾਇੰਡ ਨਹੀਂ ਕਰਦਾ ਜੇ ਮੈਨੂੰ ਕੋਈ ਤੂੰ ਕਹਿ ਕੇ ਵੀ ਬੁਲਾਉਂਦਾ ਜਾਂ ਮੈਨੂੰ ਕੋਈ ਚੈਲੇਂਜ ਵੀ ਕਰਦਾ, ਪਰ ਮੈਂ ਇਹ ਦੱਸ ਦੇਣਾ ਚਾਹੁੰਦਾ ਕਿ ਤੁਹਾਡੇ ਹਰੇਕ ਦੇ ਮਨ ਦੇ ਵਿੱਚ ਇੱਕ ਗੱਲ ਮੈਂ ਕਲੀਅਰ ਕਰਨੀ ਚਾਹੁੰਦਾ ਕਿ ਮੈਂ ਪੋਲੀਟਿਕਸ ਦੇ ਵਿੱਚ ਨਾ ਪੈਸੇ ਕਰਕੇ ਨਾ ਫੇਮ ਕਰਕੇ ਆਇਆ ਸਾਂ। ਪ੍ਰੋਫੈਸ਼ਨਲ ਤੌਰ 'ਤੇ 3 ਡਿਗਰੀਆਂ ਨੇ ਮੇਰੇ ਕੋਲ, ਪ੍ਰੋਫੈਸ਼ਨਲ ਇੰਜੀਨੀਅਰ ਔਰ ਬੀ ਸੀ ਲੈਂਡ ਸਰਵੇਅਰ ਦਾ ਵੀ, ਔਰ ਬਹੁਤ ਸਾਰੇ ਇੱਥੇ ਸੱਜਣ ਪੁਰਸ਼ ਬੈਠੇ ਨੇ। ਜਦੋਂ ਮੈਂ ਨਹੀਂ ਵੀ ਚੁਣਿਆ ਤਾਂ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਉਸ ਵੇਲੇ ਵੀ ਜਿਹੜਾ ਮੇਰਾ ਇਨਫਲੂਐਂਸ ਸੀਗਾ, ਚਾਹੇ ਉਹ ਪੋਲੀਟੀਕਲ ਖੇਤਰਾਂ ਦੇ ਵਿੱਚ ਸੀ, ਚਾਹੇ ਉਹ ਵੱਖੋ ਵੱਖਰੀਆਂ ਔਰਗਨਾਈਜੇਸ਼ਨ ਸੀ, ਉਹ ਇਸ ਤੋਂ ਜ਼ਿਆਦਾ ਸੀ ਜਿੰਨਾ ਅੱਜ ਅਜੇ ਚੁਣਿਆ ਨਾ ਮੈਂ ਦਾ। ਪਰ ਮੈਂ ਇਹ ਡਿਸਾਈਡ ਕੀਤਾ ਸੀ ਕਿ ਮੈਂ ਆਪਣੀ ਕਮਿਊਨਿਟੀ ਦੀ ਜਿਹੜਾ ਹੈ ਉਹ ਸੇਵਾ ਕਰਨੀ, ਮੈਂ ਪੈਸਾ ਆਪਦਾ ਤਿਆਗ ਕੇ ਜਿਹੜਾ ਸੀਗਾ ਉਹ ਇੱਧਰ ਨੂੰ ਆਇਆ ਸੀ, ਔਰ ਮੈਂ ਬਚਨਬਾਦਾਂ ਔਰ ਦਾਅਵੇ ਨਾਲ ਕਹਿ ਸਕਦਾ ਕਿ ਮੈਂ ਹਰ ਪਲ ਮੇਰਾ ਜਿਹੜਾ ਹੈਗਾ, ਮੇਰੀ ਇਹੀ ਸੋਚ ਹੁੰਦੀ ਮੈਂ ਕਿਸੇ ਦੇ ਇਸ ਤਰੀਕੇ ਦੇ ਨਾਲ, ਚਾਹੇ ਉਹਨਾਂ ਦਾ ਨਿੱਜੀ ਕੰਮ ਆ, ਚਾਹੇ ਕੌਮੀ ਕੰਮ ਆ, ਚਾਹੇ ਉਹ ਕਿਸੇ ਔਰਗਨਾਈਜੇਸ਼ਨ ਦਾ ਕੰਮ ਆ, ਮੈਂ ਕਿਸੇ ਦੇ ਕੰਮ ਆ ਸਕਾਂ। ਅੱਜ ਤਾਂ ਮੇਰੇ ਤੁਸੀਂ ਦੇਖਦੇ ਹੋਵੋਗੇ ਸੁਣ ਕਿ ਮੈਂ ਪੋਲੀਟੀਕਲ ਜਿਹੜਾ ਮੇਰਾ ਜੀਵਨ ਆ ਉਹਦੀ ਟੇਲ ਐਂਡ 'ਤੇ ਆ। ਜਿਹੜੇ ਬੱਚੇ ਇੱਥੇ ਬੈਠੇ ਆ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਵੀ ਇੱਕ ਦਿਨ ਉਹ ਸੀਗਾ ਪਾਰਲੀਮੈਂਟ ਦੇ ਵਿੱਚ ਜਿੱਥੇ ਕਿਸੇ ਦੇ ਪੈਰ ਨਹੀਂ ਸੀ ਨਾ ਚੱਲਦੇ, ਜਿੱਥੇ ਕੋਈ ਵੀ ਜਿਹੜਾ ਸੀਗਾ ਇਹ ਕਹਿਣ ਨੂੰ ਤਿਆਰ ਨਹੀਂ ਸੀਗਾ ਕਿ ਜੋ 1984 ਦੇ ਵਿੱਚ ਹੋਇਆ ਉਹ ਸਿੱਖਾਂ ਦਾ ਜੈਨੋਸਾਈਡ ਸੀ। ਅੱਜ ਵੀ ਤੁਸੀਂ ਕੱਢ ਕੇ ਦੇਖ ਲਓ, ਇੱਕੋ ਇੱਕ ਮੈਂਬਰ ਪਾਰਲੀਮੈਂਟ ਹੈ ਜਿਹਨੇ ਵਰਲਡ ਜੈਨੋਸਾਈਡ ਜਿਹੜਾ ਹੈ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਯੂਜ਼ ਕੀਤਾ, ਔਰ ਉਸਦੇ ਮੈਨੂੰ ਹਰਜਾਨੇ ਵੀ ਭੁਗਤਣੇ ਪਏ। ਮੈਂ ਕੋਈ ਡਰਿਆ ਨਹੀਂ, ਪਿੱਛੇ ਨਹੀਂ ਹਟਿਆ, ਪਤਾ ਮੈਨੂੰ ਮੇਰੇ ਪਰਿਵਾਰ ਨੂੰ ਵੀ, ਔਰ ਦ੍ਰਿੜਤਾ ਦੇ ਨਾਲ ਤੁਸੀਂ ਅੱਜ ਆਪਾਂ ਭਾਈ ਸਾਹਿਬ ਦੀ ਗੱਲ ਕਰਦੇ ਹਾਂ, ਉਹ ਉਹਨਾਂ ਦੇ ਬਾਰੇ ਵੀ ਜੇ ਮੈਨੂੰ ਪਰਸਨਲ ਤੌਰ 'ਤੇ ਆਰਗੂਮੈਂਟ ਪਿੱਕ ਕਰਨਾ ਪਿਆ ਕਿਸੇ ਵੀ ਸਰਕਾਰ ਦੇ ਨਾਲ ਤਾਂ ਮੈਂ ਉੱਥੇ ਪਿੱਕ ਕੀਤਾ, ਮੈਂ ਗੁਰਦੁਆਰਾ ਸਾਹਿਬ ਦੀ ਹਜ਼ੂਰੀ 'ਚ ਜਿਹੜਾ ਵਾ ਖੜ੍ਹ ਕੇ ਤੁਹਾਨੂੰ ਕਹਿ ਰਿਹਾ, ਔਰ ਜਿੱਥੇ ਗੱਲ ਆਉਂਦੀ ਹੈ ਜੋ ਮੈਂ ਅੱਜ ਇਸ ਸਟੇਜ 'ਤੇ ਕਹਿ ਰਿਹਾ ਉਹੀ ਮੈਂ ਬਾਹਰ ਕਹਿੰਦਾ ਅਤੇ ਉਹੀ ਮੈਂ ਹਿੰਦੁਸਤਾਨ ਕਿਹਾ। ਬਿਲਕੁਲ ਜਦੋਂ ਖਾਲਿਸਤਾਨ ਦੀ ਗੱਲ ਇਸ਼ੂ 'ਤੇ ਮੇਰੇ ਨਾਲ ਕੋਈ ਗੱਲ ਕਰਦਾ ਹੈਗਾ, ਮੈਂ ਉੱਥੇ ਵੀ ਇਹ ਕਿਹਾ ਕਿ ਜਿਹੜਾ ਵੀ ਇਨਸਾਨ ਪੀਸਫੁਲ ਵੇ ਦੇ ਨਾਲ ਖਾਲਿਸਤਾਨ ਮੰਗਣਾ ਚਾਹੁੰਦਾ ਉਹਨੂੰ ਕੋਈ ਵੀ ਜਿਹੜਾ ਹੈਗਾ ਉਹ
ਤੁਸੀਂ ਆਪਣੀ ਪਹਿਲਾਂ ਮੇਰੀ ਗੱਲ ਸੁਣ ਲਓ ਅਸੀਂ ਮੰਗਦੇ ਨਹੀਂ ਅਸੀਂ ਦਾਵਾ ਕਰਦੇ ਆ ਅਸੀਂ ਮੰਗਦੇ ਨਹੀਂ ਅਸੀਂ ਦਾਵਾ ਕਰਦੇ ਆ ਚਲੋ ਜੇ ਤੁਸੀਂ ਇਹੀ ਗੱਲ ਫਿਰ ਉਹੀ ਗੱਲ ਇਹ ਹਮੇਸ਼ਾ ਹੀ ਜਿਹੜਾ ਹੈਗਾ ਮੈਂ ਇੱਥੇ ਵੀ ਔਰ ਹਿੰਦੁਸਤਾਨ ਦੇ ਵਿੱਚ ਵੀ ਜਾ ਕੇ ਮੈਂ ਇਹ ਗੱਲ ਕਹੀ ਹੈ ਠੀਕ ਹੈ ਨਾ ਦੇਖੋ ਆਹੀ ਗੱਲ ਇਸ ਤਰ੍ਹਾਂ ਹੀ ਕਰਨੀ ਹੈਗੀ ਮੈਂ ਤੁਹਾਡੇ ਜਿਹੜੇ ਸੈਕਟਰੀ ਸਾਹਿਬ ਹੈਗੇ ਨੇ ਮਿਸਟਰ ਤੂਰ ਮੈਂ ਇਹਨਾਂ ਨੂੰ ਆਪਣਾ ਕਹਿ ਦਿੱਤਾ ਵੀ ਅਸੀਂ ਕੱਲ੍ਹ ਨੂੰ ਦੋਨੇ ਵਨ ਔਨ ਵਨ ਬੈਠਾਂਗੇ ਜਿਹੜੀ ਗੱਲ ਕਰਨ ਵਾਲੀ ਆ ਕਿਉਂਕਿ ਆਪਾਂ ਹੁਣ ਆਹ ਕੋਈ ਗੱਲ ਕਰਨ ਵਾਲਾ ਤਰੀਕਾ ਤਾਂ ਹੈ ਨਹੀਂਗਾ ਵੀ ਮੇਰੇ ਤੋਂ ਪੁੱਛ ਲਿਓ ਤੁਸੀਂ ਵੀ ਮੇਰਾ ਕੀ ਸਟੈਂਡ ਹੈਗਾ ਮੈਂ ਇੱਕ ਕੈਨੇਡੀਅਨ ਮੈਂਬਰ ਆਫ ਪਾਰਲੀਮੈਂਟ ਹਾਂ ਮੈਂ ਚੁਣਿਆ ਹੋਇਆ ਨੁਮਾਇੰਦਾ ਲੋਕਾਂ ਦਾ ਠੀਕ ਆ ਮੈਂ ਸਿੱਖ ਧਰਮ 'ਚ ਪੈਦਾ ਹੋਇਆ ਜਿਹੜੀ ਲੜਾਈ ਹੈਗੀ ਆ ਉਹਦੇ ਵਿੱਚ ਮੈਂ ਸਰਦਾਰ ਗੁਰਮੀਤ ਸਿੰਘ ਹੋਣਾ ਨਾ ਕੱਲ ਨੂੰ ਬੈਠੂਗਾ ਬੈਠ ਕੇ ਸਲਾਹ ਮਸ਼ਵਰਾ ਕਰੂੰਗਾ ਔਰ ਮੂਵਿੰਗ ਫਾਰਵਰਡ ਮੈਂ ਇਹ ਤੁਹਾਡੇ ਨਾਲ ਬਚਨਬੱਧ ਆ ਕਿ ਮੈਂ ਉਹ ਲੜਾਈ ਜਿਹੜੀ ਹੈਗੀ ਆ ਉਹਦੇ ਲਈ ਲੜੂੰਗਾ ਜਦੋਂ ਇੰਟਰਫੀਰੈਂਸ ਦੀ ਗੱਲ ਆਉਂਦੀ ਆ ਦੂਜੇ ਦੇਸ਼ਾਂ ਦੀ ਜੇ ਕਿਸੇ ਨੇ ਪਰਸਨਲੀ ਸਹੀ ਹੋਈ ਆ ਨਾ ਤਾਂ ਉਹ ਸੁੱਖ ਧਾਲੀਵਾਲ ਨੇ ਸਹੀ ਹੋਈ ਆ ਸ਼ਾਇਦ ਤੁਹਾਨੂੰ ਨਹੀਂ ਪਤਾ ਹੋਣਾ ਇਸ ਗੱਲ ਦਾ ਠੀਕ ਹੈ ਨਾ ਪਰ ਮੈਂ ਉਦੋਂ ਮਿਲੀ ਸੀ ਹੌਸਲਾ ਹਾਰਿਆ ਆਫਿਸ ਦੇ ਉੱਤੇ ਬੈਠ ਕੇ ਜਿੱਥੇ ਮੇਰਾ ਕੰਪੇਨ ਆਫਿਸ ਸੀ ਉੱਤੇ ਬੈਠ ਕੇ ਕੈਮਰੇ ਲਾ ਲਾ ਕੇ ਜਿਹੜੇ ਲੋਕ ਆਉਂਦੇ ਸੀ ਨਾ ਉਹਨਾਂ ਨੂੰ ਥਰੈਟ ਕੀਤਾ ਜਾਂਦਾ ਸੀ ਉਹਦੇ ਲਈ ਮੇਰੇ ਗਵਾਹ ਨੇ ਮੇਰੇ ਕੋਲ ਅੱਜ ਵੀ ਕਹਿਣਗੇ ਵੀ ਤੁਸੀਂ ਉੱਥੇ ਕੀ ਕਰਨ ਗਏ ਸੋ ਇਸ ਕਰਕੇ ਇਹ ਚੀਜ਼ਾਂ ਦੇ ਬਾਰੇ ਮੈਂ ਭੈਭੀਤ ਜਾਣੂ ਹਾਂ ਵੀ ਕੀ ਹੋ ਰਿਹਾ ਬਟ ਲੈਟਸ ਮੈਨੂੰ ਤਾਂ ਗੁਰਮੀਤ ਸਿੰਘ ਹੋਣਾ ਕੱਲ੍ਹ ਨੂੰ ਗੱਲ ਕਰਨ ਦਿਓ ਪਰ ਮੈਂ ਤੁਹਾਨੂੰ ਇੱਕੋ ਹੀ ਗੱਲ ਕਹਿਣੀ ਚਾਹੁੰਦਾ ਵੀ ਮੈਂ ਜਿਹੜਾ ਹੈ ਇਨਸਾਫ ਦੇ ਲਈ ਲੜੂੰਗਾ ਔਰ ਤੁਹਾਡੇ ਨਾਲ ਖੜੂੰਗਾ ਔਰ ਅੱਜ ਮੈਂ ਖੜਾਂ ਇੱਥੇ ਖਿਮਾਂਦਾ ਜਾ ਸਕ ਜੇ ਮੈਂ ਕਿਸੇ ਦੇ ਫੀਲਿੰਗ ਨੂੰ ਹਰਟ ਕੀਤਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ